ਮੇਰਾ ਬੇਟਾ ਸੀਗਾ ਮੌਜੂਦਾ ਸਰਪੰਚ ਸੀਗਾ, ਇਹਨਾਂ ਨੇ ਫੈਸਲੇ ਤੇ ਸੱਦਿਆ ਮੁੜ ਕੇ ਇਹਨੂੰ ਉਹਨਾਂ ਨੇ ਚੁੱਕ ਕੇ ਗੱਡੀ 'ਚ ਲੈ ਗਏ ਆਪਣੇ ਘਰ, ਘਰੋਂ ਕੁੱਟ ਕੇ ਮਾਰ ਕੇ ਫਿਰ ਇਹਨਾਂ ਨੇ ਲਿਆ ਕੇ ਬਾਹਰ ਲਿਆ ਕੇ ਇਹਨਾਂ ਨੇ ਗੱਡੀ ਤੋਂ ਨਿਕਾਈ, ਨਾਲੇ ਸਿਰ 'ਚ ਵੱਟੇ ਵੱਟੇ ਪੱਥਰ ਮਾਰ ਹੋ ਜਾਂਦੇ। ਮੇਰਾ ਬੇਟਾ ਸੀਗਾ ਮੌਜੂਦਾ ਸਰਪੰਚ ਸੀਗਾ, ਇਹਨਾਂ ਨੇ ਫੈਸਲੇ ਤੇ ਸੱਦਿਆ ਮੁੜ ਕੇ ਇਹਨੂੰ ਉਹਨਾਂ ਨੇ ਚੁੱਕ ਕੇ ਗੱਡੀ 'ਚ ਲੈ ਗਏ ਆਪਣੇ ਘਰ, ਘਰੋਂ ਕੁੱਟ ਕੇ ਮਾਰ ਕੇ ਫਿਰ ਇਹਨਾਂ ਨੇ ਲਿਆ ਕੇ ਬਾਹਰ ਲਿਆ ਕੇ ਇਹਨਾਂ ਨੇ ਗੱਡੀ ਤੋਂ ਨਿਕਾਈ, ਨਾਲੇ ਸਿਰ 'ਚ ਵੱਟੇ ਵੱਟੇ ਪੱਥਰ ਮਾਰ ਹੋ ਜਾਂਦੇ। ਮਤਲਬ ਮਾਰਨ ਤੋਂ ਬਾਅਦ ਇਹਨਾਂ ਨੇ ਉਹਦੇ ਤੋਂ ਕਰੂਰਤਾ ਦੇ ਨਾਲ ਗੱਡੀ ਲਾਈਆਂ? ਹਾਂਜੀ, ਉਹ ਅਕਾਲੀ ਪਾਰਟੀ ਦਾ ਸਰਪੰਚ ਸੀ, ਇਹਨਾਂ ਦਾ ਕੋਈ ਮਾੜਾ ਮੋਟਾ ਸੀਗਾ, ਕਹਿੰਦੇ ਇੱਕ ਮਾਫ਼ੀ ਮੰਗੀ ਆ, ਮੈਂ ਨਹੀਂ ਮੰਗੀ, ਉਹਦਾ ਕਰਕੇ ਥੋੜ੍ਹਾ ਜਿਹਾ ਝਗੜਾ ਜਿਹਾ ਵੱਧ ਗਿਆ। ਨਹੀਂ, ਮੇਰਾ ਜਿਹੜਾ ਬੇਟਾ ਪਿੰਡ ਰਿਆੜ ਦਾ ਬਣਿਆ, ਉਹ ਦੋ ਦੌਲਤਪੁਰ ਦਾ ਵਾ, ਦੌਲਤਪੁਰ 'ਚ ਮੇਰਾ ਜਵਾਈ ਬਣਿਆ ਸੀ, ਉਹਦਾ ਕਰਕੇ ਸੋਰੀ ਪੇਜ ਕਰਦਾ ਹੈ, ਨਾਲੇ ਦੌਲਤ ਮੇਰੀ ਜ਼ਮੀਨ ਸੀਗੀ, ਉੱਥੇ ਮੈਂ ਫੇਰਾ ਮਾਰਨ 'ਤੇ ਜਾਣਾ ਪੈਂਦਾ। ਹਾਂ, ਅਤੇ ਕੀ ਚਾਹੁੰਦੇ ਹੁਣ ਤੁਸੀਂ, ਕੀ ਹੋਣਾ ਚਾਹੀਦਾ ਹੁਣ, ਜੋ ਫੈਸਲਾ ਜੋ ਸਰਕਾਰ ਕਰੂਗੀ ਇਹਦੇ 'ਚ ਹੱਕ ਆਪਣਾ ਜੋ ਵੀ ਇਨਸਾਫ ਲੈਣਾ ਚਾਹੁੰਦੇ, ਪਿਛਲਾ ਅੱਤਵਾਦ 'ਚੋਂ ਬਹੁਤ ਰਹੇ, ਉਹਨਾਂ ਕੋਲ ਨਜਾਇਜ਼ ਅਸਲਾ ਵੀ ਹੈਗਾ ਬਹੁਤ ਜ਼ਿਆਦਾ, ਭੁੱਕੀ ਦਾ ਅਤੇ ਸਮੈਕ ਦਾ ਬਹੁਤ ਜ਼ਿਆਦਾ ਕੰਮ ਕਰਦੇ, ਉਹਨਾਂ ਨੂੰ ਕੋਈ ਸਰਕਾਰ ਫੜੋ। ਪਿੰਡ ਦੌਲਤਪੁਰ ਆ, ਇੱਥੇ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਦਾ ਨਾ ਕਿਸੇ ਮਾਮਲੇ ਤੋਂ ਉਹਨਾਂ ਦੀ ਚੱਲਦੀ ਸੀ, ਅਤੇ ਅੱਜ ਪਾਰਟੀਆਂ ਇਕੱਠੀਆਂ ਹੋਈਆਂ ਸੀ, ਦੋ ਬੰਦੇ ਗਏ ਵੀ ਸੀ, ਸੁਰਿੰਦਰ ਗੁਰਨਾਮ ਇਹਨਾਂ ਨੂੰ ਕਿਹਾ ਕਿ ਦੂਜੀ ਪਾਰਟੀ ਨੂੰ ਕਿ ਬੈਠ ਕੇ ਅਤੇ ਮਾਮਲਾ ਸੁਲਝਾਈਏ ਕਿ ਅੱਗੇ ਨਾਲ ਗੱਲ ਵਧੇ, ਉਹ ਅੱਜ ਸਾਰੇ ਇੱਥੇ ਸਕੂਲ ਦੇ ਲਾਗੇ ਖੜ੍ਹੇ ਸੀ, ਅਤੇ ਫਿਰ ਦੂਸਰੀ ਪਾਰਟੀ ਕਾਫੀ ਜ਼ਿਆਦਾ ਉਹਨਾਂ ਦੇ ਮਿਕਦਾਰ ਸੀ, ਵੱਟੇ ਵੁੱਟੇ ਕਹਿੰਦੇ ਇਹਨਾਂ ਦੇ ਮੁਤਾਬਕ, ਜੇ ਮੈਂ ਇਨੀਸ਼ੀਅਲ ਦੱਸਣ ਡਿਆ ਕਿ ਵੱਟੇ ਵੁੱਟੇ ਚਲਾਏ ਨੇ, ਅਤੇ ਫਿਰ ਉਹਨਾਂ ਨੇ ਗੱਡੀ ਲਿਆ ਕੇ, ਇਹਨਾਂ ਦੇ ਪਹਿਲੇ ਜਿਹੜਾ ਬੰਦੇ ਦੀ ਡੈਥ ਹੋ ਗਈ ਹੈ, ਰਿਆੜ ਪੱਤੀ ਦਾ ਸਰਪੰਚ ਸੀ ਨਵਦੀਪ, ਅਤੇ ਉਹਦੀ ਗੱਡੀ ਵਾਰ ਵਾਰ ਚੜ੍ਹੀ ਹੈ, ਅਤੇ ਦੋ ਬੰਦੇ ਹੋਰ ਵੀ, ਤਿੰਨ ਬੰਦੇ ਹੋਰ ਜ਼ਖਮੀ ਹੋਏ, ਦੋ ਜ਼ਿਆਦਾ ਸੀਰੀਅਸ ਨੇ, ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕਰਤਾ, ਇੱਕ ਭੁਪਿੰਦਰ ਸਿੰਘ ਇੱਥੇ ਆ। ਹਾਂਜੀ, ਕੀ ਕਾਰਵਾਈ ਹੁਣ ਤਾਂ ਕੇਸ ਰਜਿਸਟਰ 'ਤੇ ਕਰਾਂਗੇ ਜੀ, ਪਹਿਲੇ ਤਾਂ ਇਨੀਸ਼ੀਅਲੀ ਮੌਕਾ ਦੇਖ ਰਿਹਾ ਸੀ, ਅਤੇ ਇਹਨਾਂ ਦੀ ਕੋਈ 10 ਕੁ ਦਿਨ ਪਹਿਲੇ ਦੀ ਕੋਈ ਗੜਬੜ ਹੋਈ ਸੀ, ਅਤੇ ਉਹਦੇ ਸੰਬੰਧ 'ਚ ਇਹਨਾਂ ਦਾ ਹੈਗਾ ਸੀ ਅੱਜ ਬੈਠ। ਹਾਂ, ਇਹ ਜ਼ਰੂਰ ਹੈ ਕਿ ਜੋ ਸਰਪੰਚੀ ਦੇ ਤੌਰ 'ਤੇ ਰਾਈਵਲਰੀ ਹੈਗੀ ਸੀ, ਅਤੇ ਜਿਹੜਾ ਦੂਸਰੇ ਸਰਪੰਚ ਹੈਗੇ ਸੀ ਅਨੂਪ, ਉਹ ਪਿਛਲੇ 20 ਸਾਲ ਤੋਂ ਸਰਪੰਚ ਹਨ, ਅਤੇ ਇਹ ਜਿਹੜੇ ਐਤਕੀ ਹੁਣ ਇੰਦਰਜੀਤ ਸਿੰਘ ਜਿਨ੍ਹਾਂ ਦਾ ਸਗਾ ਸਾਲਾ ਸੀ, ਇਹ ਜਿਹਦੀ ਡੈਥ ਹੋਈ ਰਿਆੜ ਪੱਤੀ ਵਾਲਾ, ਅਤੇ ਉਹ ਐਤਕੀ ਸਰਪੰਚ ਬਣੇ ਸਨ।